राजपुरा नेड़ले पिंड कड़ामा खुरद के अगां वधू किसान सुवेक सिंह संधू ने खेतीबाड़ी के नाल बागवानी विच भी हल्के का नाम खूब रोशन किया है। उन्होंने कोल अंब जामण अमरूद मौसमी चीकू बेरी आलू बुखारा ते थोड़े बूटे अंजीर दे लाए हुए हैं। संधू का कहना है कि उन्होंने संत बाबा कड़ामा वाले ते अजीत हरियावल लहर तो फलदार बूटे लाउण की प्रेरणा ली सी। अजीत हरियावल लहर वालों मिले आंवले के बूटे पूरी तरह तैयार हो चुके हैं। उन्होंने कहना है कि जेडे बूटे ज़्यादा देर दे हो गए हैं उन्होंने कट के नवी किस्म के नवे बूटे ला दिते जाते हैं। उन्होंने दस्या कि उन्होंने कोल 18.5 एकड़ जमीन है जिस विचों 6 एकड़ विच बाग लाया होया है। उन्होंने कोल आंध्रा प्रदेश की जामण जो कि तीजे साल ही फल देने लग गई है, इसकी मंग भी आम जामणा तो ज़्यादा है। इस मौके पर उन्होंने होर किसानों भी अपील की है कि घट्टो घट 5 से 10 बूटे शानदार और फलदार लाओ। मेरा नाम जी सुबेक सिंह संधू, सानू सरदार लाल सिंह, वासी पिंड कड़ामा खुरद, जो कि मैं इत्थे एक छोटा जिमीदार हाँ, जिस विच मेरे को तकरीबन मैं पिछे जो अजीत हरियावल तो प्रभावित होकर बूटे लाए सी, मैं जिहड़े मेरे को जो ये बाग है तकरीबन वो 6 किलियां दा है। अंजीर है जी, आड़ू है, मौसमी है, माल्टा हैगा और अपना अंब हैगा और अमरूद हैगा और इस दे नाल ही नाल चीकू दे बूटे ने अते बेरी है अते इस दे नाल होर जेड़े जामन ने वो साडे कोल कई तरह की वरायटी हैगी है। जामन दी साडे कोल एक तां जेड़ी हैगी है आंध्रा प्रदेश दी जेड़ी असी बूटे मंगाए सी वो साडे कोल तकरीबन 60 बूटे हैं और वो साडे कोल उन्हां दा तीजे साल इस बार फल आ गया है अते वो फल मोटा भी बहुत है अते वो गुच्छिया दे रूप च आंदा है ते लेट प्रोडक्शन है। लेट वरायटी करके वो जदों दूजी जामन खत्म हो जाती है ਤਾਂ ਫਿਰ ਸਾਡੇ ਕੋਲ ਉਹਦੇ ਜਿਹੜਾ ਹੈਗਾ ਭਾਅ ਵਧੀਆ ਮਿਲਦਾ ਹੈਗਾ। ਇਸ ਤੋਂ ਬਿਨਾਂ ਜਾਮਣ ਤੋਂ ਬਿਨਾਂ ਆਪਣੇ ਕੋਲ ਮਰੂਦ ਹੈ, ਕਿਹੜੀ ਕਿਸਮ ਦਾ ਮਰੂਦ ਹੈ ਜੀ ਆਪਣੇ ਕੋਲੇ? ਮਰੂਦ ਸਾਡੇ ਕੋਲ ਇੱਕ ਤਾਂ ਹਸਾਰ ਸਫੈਦਾ ਹੈਗਾ ਜਿਹੜਾ ਪਿੱਛੇ ਅਸੀਂ ਨਵਾਂ ਭਰਿਆ ਸੀ ਔਰ ਇਸ ਦੇ ਨਾਲ ਹੀ ਨਾਲ ਜੋ ਪੁਰਾਣਾ ਸਾਡੇ ਕੋਲ ਉਹ ਇਲਾਹਾਬਾਦੀ ਮਰੂਦ ਹੈ, L40 ਮਰੂਦ ਹੈ ਔਰ ਮੈਂ ਸਮਝਦਾ ਕਿ ਸਾਡੇ ਕੋਲ ਇੱਕ ਛੋਟਾ ਜਿਹੜਾ ਇਲਾਹਾਬਾਦੀ ਹੈ ਉਹ ਵੀ ਹੈ ਅਤੇ ਇੱਕ ਵੱਡਾ ਇਲਾਹਾਬਾਦੀ ਹੈ, ਮੋਟਾ ਜਿਹੜਾ ਹੈਗਾ ਗੇਂਦ ਟਾਈਪ ਉਹ ਵੀ ਇਲਾਹਾਬਾਦੀ ਹੈ ਜਿਸ ਵਿੱਚ ਜੋ ਕਿ ਤਕਰੀਬਨ ਮੈਂ ਸਮਝਦਾ ਹਾਂ ਕਿ ਸਾਰਾ ਚਿੱਟੇ ਰੰਗ ਦਾ ਹੈ ਅਤੇ ਮਾਰਕੀਟ 'ਚ ਵਿੱਚ ਉਸਦਾ ਸਹੀ ਭਾਅ ਮਿਲਦਾ ਹੈ ਤੋ ਜਿਹੜਾ ਹਸਾਰ ਸਫੈਦਾ ਲਾਇਆ ਹੈ ਉਹ ਸਾਡੇ ਕੋਲ ਐਤਕੀ ਤੀਜੇ ਸਾਲ ਪੂਰਾ ਭਰ ਫਲ ਆਇਆ ਹੋਇਆ ਹੈ ਅਤੇ ਹਸਾਰ ਸਫੈਦੇ ਦੀ ਮਾਰਕੀਟਿੰਗ ਵੀ ਜਿਹੜੀ ਹੈ ਉਹ ਬਹੁਤ ਵਧੀਆ ਹੁੰਦੀ ਹੈ। ਇਹ ਜਾਮਣ ਜਿਹੜੀ ਆਂਧਰਾ ਪ੍ਰਦੇਸ਼ ਦੀ ਹੈ ਜਿਹੜੀ ਇਹ ਤਾਂ ਇੱਕੋ ਵਰਾਇਟੀ ਹੈ, ਜਿਹੜੀਆਂ ਸਾਡੇ ਕੋਲ ਹਾਈਬ੍ਰਿਡ ਨੇ ਜਿਹੜੀਆਂ ਕਿ ਅਸੀਂ ਬਹਾਦਰਗੜ੍ਹ ਤੋਂ ਲਾਈਆਂ ਨੇ ਅਤੇ 12 ਦਰੀ ਜਿਹੜੀ ਨਰਸਰੀ ਪਟਿਆਲੇ ਦੀ ਉੱਥੋਂ ਲਾਈਆਂ ਨੇ, ਕੁਝ ਜਾਮਣਾਂ ਸਾਡੇ ਕੋਲ ਅੱਜ ਤੋਂ 40-45 ਸਾਲ ਦੀਆਂ ਪੁਰਾਣੀਆਂ ਨੇ ਜਿਨ੍ਹਾਂ ਨੇ ਕਿ ਬਹੁਤ ਭਰਮਾ ਫਲ ਆਉਂਦਾ ਹੈਗਾ ਔਰ ਉਹਨਾਂ ਕੋਲ ਵੀ ਉਹਦੇ 'ਚ ਵੀ ਕੋਈ ਮੈਂ ਸਮਝਦਾ ਹਾਂ ਕੋਈ ਕੰਪਰੋਮਾਈਜ਼ ਨਹੀਂ, ਬਹੁਤ ਮੋਟੀ ਜਾਮਣ ਹੈ, ਹੁਣ ਵੀ ਉਹ ਸਹੀ ਤਰੀਕੇ ਨਾਲ ਪੂਰੀ ਚੱਲ ਰਹੀ ਹੈ। ਉਹ ਜਾਮਣ ਸੜਕ ਦੇ ਦਾਲੇ ਦਾਲੇ ਅੰਬ ਜਿਹੜੇ ਬੂਟਿਆਂ ਦੇ ਨਾਲ ਨਾਲ ਲਾਈ ਹੈ ਅਤੇ ਸੜਕ ਦੇ ਨਾਲ ਨਾਲ ਹੈ ਅਤੇ ਬਾਹਰਲੇ ਪਾਸਿਓਂ ਜਿੰਨੇ ਵੀ ਬੱਚੇ ਨੇ ਉੱਥੇ ਖਾਂਦੇ ਹਨ, ਮੈਂ ਠੇਕੇਦਾਰ ਨੂੰ ਸਪੈਸ਼ਲ ਕਹਿ ਰੱਖਿਆ ਹੈ ਕੋਈ ਇੱਥੇ ਜੋ ਜਾਨਵਰ ਵੀ ਖਾਂਦੇ ਨੇ ਉਹਨਾਂ ਨੂੰ ਵੀ ਹਟਾਉਣਾ ਨਹੀਂ ਅਤੇ ਜਿਹੜੇ ਬੱਚੇ ਆਉਂਦੇ ਨੇ ਜਾਂ ਬਾਹਰੋਂ ਵੀ ਕੋਈ ਤੋੜ ਕੇ ਲੈ ਜਾਂਦਾ ਹੈ ਜਾਂ ਖਾ ਲੈਂਦਾ ਹੈ ਕਿਉਂਕਿ ਰੁੱਤ ਦਾ ਮੇਵਾ ਹੈ, ਕਿਸੇ ਨੂੰ ਹਟਾਉਣਾ ਨਹੀਂ ਆਪਾਂ ਨੇ। ਇਹ ਜਿਹੜਾ ਅਸੀਂ ਕਿਉਂਕਿ ਸੰਤ ਮਹਾਂਪੁਰਸ਼ ਕੜਾਮੇ ਵਾਲਿਆਂ ਦਾ ਇਹ ਅੰਦੇਸਾ ਸੀ ਤੋ ਮੈਂ ਉਸੇ ਅੰਦੇਸੇ 'ਤੇ ਚੱਲਦਾ ਹੋਇਆ ਹਾਂ ਕਿਉਂਕਿ ਉਹਨਾਂ ਦੇ ਹੀ ਹੱਥ ਦੇ ਜਿਹੜੇ ਬਾਗ ਹੈ ਇਹ ਲਾਏ ਨੇ, 1971 ਤੋਂ ਉਹਨਾਂ ਨੇ ਬਾਗ ਲਵਾਇਆ ਸੀ, ਉਸ ਤੋਂ ਬਾਅਦ ਫਿਰ ਦੁਬਾਰਾ ਨਵੀਂ ਵਰਾਇਟੀਆਂ ਆ ਰਹੀਆਂ ਨੇ ਉਹ ਲਾਈ ਜਾ ਰਹੇ ਹਾਂ, ਉਹਨਾਂ ਦੇ ਇੱਕ ਪੁਰਾਣੇ ਬੂਟੇ ਜਿਹੜੇ ਨੇ ਉਹ ਹਾਲੀ ਵੀ ਖੜ੍ਹੇ ਨੇ ਅਤੇ ਉਹਨਾਂ ਦਾ ਬਕਾਇਦਾ ਅਸੀਂ ਬਾਗ ਦੇ ਬਾਹਰਲੇ ਪਾਸੇ ਉਹਨਾਂ ਦਾ ਇੱਕ ਬੋਰਡ ਵੀ ਲਾਇਆ ਜਿਹੜਾ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਦੇ ਨਾਂ 'ਤੇ ਜਿਹੜਾ ਹੈਗਾ ਬਾਗ ਜਿਹੜਾ ਹੈ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਨਵਾਂ ਭਰਿਆ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ
नाल ही दोस्तों नू पेज लाइक करने दे लई इनवाइट करना ना भुलना। इन्ना ही नहीं, हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इना ही नहीं, अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज, पंजाब दी आवाज अजीत।